ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੀਓ ਕਲਗੀਆਂ ਵਾਲੇ ਬਾਜਾਂ ਵਾਲੇ ਸਾਹਿਬ ਦਸਮੇਸ਼ ਪਿਤਾਮ ਧੰਨ 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 ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀ ਦੀਆਂ ਸੰਗਤਾਂ ਆਲ ਵਰਲਡ ਦੇ ਵਿੱਚ ਜਿੱਥੇ-ਜਿੱਥੇ ਵੀ ਵਸ ਰਹੇ ਹਾਂ ਆਨੰਦਪੁਰ ਸਾਹਿਬ ਦੀ ਦੇ ਵਸੀ ਜਿੱਥੇ-ਜਿੱਥੇ ਵੀ ਵਸ ਰਹੇ ਹਨ ਕਿਰਤ ਕਮਾਈ ਕਰ ਰਹੇ ਹਨ ਨਾਲੇ ਨਾਮ ਜਪ ਰਹੇ ਹਨ ਦੋਵੇਂ ਤਾਈਂ ਅਰਦਾਸ ਕਰਦੇ ਹਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣ ਸਰਬੱਤ ਦਾ ਭਲਾ ਸਾਰੀ ਦੁਨੀਆ ਦੇ ਜੀਵਨ ਦਾ ਭਲਾ ਮੰਗ ਰਹੇ ਹਨ ਆਓ ਕੁਝ ਸਮਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹ ਸਮਾਨ ਨੂੰ ਹਾਜ਼ਰ ਕਰੀਏ ਭੰਨ ਪੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜੋ ਸਾਡੇ ਸਤਿਗੁਰੂ ਹਨ ਜਿਨ੍ਹਾਂ ਨੇ ਲੜ ਲਾਇਆ ਹੈ ਸਾਹਿਬ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਕਿ ਸਾਡੇ ਤੋਂ ਬਾਅਦ ਵਿੱਚ ਤੁਹਾਡੇ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਫਰਮਾਂ ਦੇ ਹਨ ਕਲਗੀ ਵਾਲੇ ਸਾਹਿਬ ਦਸਮੇਸ਼ ਪਿਤਾ ਜੀ ਪੰਨ ਕਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੁਹਰਾ ਪੜਦੇ ਹਾਂ ਮਾਈ ਆਊਡ ਟੂ ਆਲ ਸੀਟਸ ਯਾਰ ਗੁਰੂ ਐਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਫੋਰਐਵਰ ਆਫਟਰ ਮੈਂ ਸਾਡੇ ਤੋਂ ਬਾਅਦ ਵਿੱਚ ਸ਼ਬਦ ਤੁਹਾਡਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਗੁਰੂ ਹਨ ਗੁਰਬਾਣੀ ਤੁਹਾਡੀ ਗੁਰੂ ਹੈ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਥੋੜੀ-ਥੋੜੀ ਪਵਿੱਤਰ ਪਾਵਨ ਗੁਰਬਾਣੀ ਦਾਸਰਾ ਪੜਦਾ ਹੈ ਇਸ ਸਮੇਂ ਵਿੱਚ ਦੁਨੀਆ ਦੇ ਵਿੱਚ ਹੋਰ ਅੰਧੇਰਾ ਹੈ ਮਨ ਦੁਨੀਆ ਦੇ ਵਿੱਚ ਆ ਕੇ ਝੂਠੀ ਦੁਨੀਆ ਨੂੰ ਹੀ ਸੱਚ ਮੰਨ ਬੈਠੇ ਹਨ ਕਾਲੀਬੀ ਸ਼ਬਦ ਆਪ ਜੀ ਨੇ ਸਰਵਣ ਕੀਤਾ ਸੀ ਝੂਠੀ ਦੁਨੀਆ ਲੱਗ ਨਾ ਆਪ ਪੁੰਜਾਈਏ ਝੂਠੀ ਦੁਨੀਆ ਦੇ ਨਾਲ ਲੱਗ ਕੇ ਆਪਣਾ ਆਪ ਨਾ ਗਵਾ ਲਈਏ ਪਰਮਾਤਮਾ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਲੱਗੇ ਰਹੀਏ ਜੁੜੇ ਰਹੀਏ ਨਹੀਂ ਤੇ ਕਰੋਨਾ ਬਾਹਾਂ ਬਾਹਾਂ ਜੜੀਆਂ ਹਨ ਕਰੋਨਾ ਹੱਥ ਜੜੇ ਹਨ ਉਹ ਵੀ ਇਸ ਸਮਾਨ ਨੂੰ ਛੋੜਾ ਨਹੀਂ ਸਕਤੇ ਆਪਣੀਆਂ ਬਾਹਾਂ ਤੇ ਦੇ ਕੋਲ ਹੋਣੀਆਂ ਨਹੀਂ ਉਸ ਵੇਲੇ ਜੋ ਕੋ ਜਿਹੜੀ ਦੇਹ ਨੂੰ ਬਾਹਮਾਂ ਲਗੀਆਂ ਹਨ ਉਹ ਦੇਹ ਤਾਂ ਇੱਥੇ ਰਹਿ ਜਾਣੀ ਹੈ ਇਸੇ ਦੁਨੀਆ ਦੇ ਵਿੱਚ ਆਉਣ ਲੱਗਿਆਂ ਭਾਵੇਂ ਇਕੱਠੇ ਆਏ ਹਨ ਮਨ ਤੇ ਬਾਡੀ ਦੇ ਜਾਣ ਲੱਗਿਆਂ ਦੇਹ ਤਾਂ ਇੱਥੇ ਰਹਿ ਜਾਵੇਗੀ ਇਸੇ ਸੰਸਾਰ ਵਿੱਚ ਮਨ ਜਾਵੇਗਾ ਤੇ ਜੋ ਜੋ ਕੀਤਾ ਹੈ ਆਪਣੀ ਉਮਰ ਦੇ ਵਿੱਚ ਜ਼ਿੰਦਗੀ ਦੇ ਵਿੱਚ ਚੰਗਾ ਮਾੜਾ ਜੋ ਜੋ ਕਰਮ ਕੀਤੇ ਹਨ ਉਹਦਾ ਫਲ ਉਨਾ ਕਰ ਮੰਨਦਾ ਇਹ ਨੂੰ ਆਪ ਹੀ ਪਹੁੰਚਣਾ ਪੈਣਾ ਹੈ ਸੁਖ ਦੇ ਤੇ ਸਾਰੇ ਸਾਥੀ ਸੀ ਦੁੱਖ ਵਿੱਚ ਕੋਈ ਸਾਥੀ ਨਹੀਂ ਹੋਵੇਗਾ ਇਹ ਦੇ ਵੀ ਨਾਲ ਸਾਥ ਦੇਵੇਗੀ ਇਹ ਵੀ ਇੱਥੇ ਰਹਿ ਜਾਵੇਗੀ ਛੋਟਤ ਨਹੀਂ ਕੋਟ ਲੱਖ ਬਾਹੀ ਕਰੋੜਾਂ ਬਾਹਾਂ ਵੀ ਹੋਣ ਬੰਦਾ ਕਹਿੰਦਾ ਹੈ ਮੇਰੀਆਂ ਬਾਹਾਂ ਬਹੁਤ ਹਨ ਅਨੇਕਾਂ ਸੱਜਣ ਮਿੱਤਰ ਹਨ ਬੜਾ ਵੱਡਾ ਖਿਲਾਰਾ ਹੈ ਉਹਨਾਂ ਦੀਆਂ ਬਾਹਾਂ ਨੂੰ ਵੀ ਆਪਣੀਆਂ ਬਾਹਾਂ ਗਿਣਦਾ ਹੈ ਪਰ ਸਾਥ ਨਹੀਂ ਦਿੰਦੀਆਂ ਸਤਿਗੁਰੂ ਜੀ ਨੇ 1 2 4 10 ਨੇ ਕਹੀਆਂ ਦਾਤਾਰ ਜੀ ਨੇ ਕਿਹਾ ਪਾ ਇਹ ਬੰਦਿਆ ਇਹ ਮਨਾ ਭਾਵੇਂ ਤੇਰੇ ਕੋਲ ਕਰੋੜਾਂ ਬਾਹਾਂ ਵੀ ਹੋਣ ਕਾਮਿਤੋਂ ਖਲਾਸੀ ਨਹੀਂ ਪਾ ਸਕਦਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਿਮਰਨ ਤੋਂ ਬਿਨਾਂ ਨਾਮ ਤੋਂ ਬਿਨਾਂ ਸਤਨਾਮ ਸ੍ਰੀ ਵਾਹਿਗੁਰੂ ਜੀ ਤੋਂ ਬਿਨਾਂ ਧੰਗੁਰੂ ਅਰਜਨ ਦੇ ਮਹਾਰਾਜ ਜੀ ਸੇ ਯੂ ਸ਼ਲ ਨੋਟ ਬੀ ਸੇਵਡ ਬਾਈ ਹੰਡਰਡਸ ਆਫ ਥਾਊਜ਼ੈਂਡਸ ਐਂਡ ਮਿਲੀਅਨਸ ਆਫ ਹੈਲਪਿੰਗ ਹੈਂਡਸ ਨਾਮ ਜਪਤ ਤਹ ਪਾਰ ਪਰਾਹੀ ਜਿਹੜੇ ਨਾਮ ਜਪਦੇ ਹਨ ਸਤਨਾਮ ਸ੍ਰੀ ਵਾਹਿਗੁਰੂ ਡੜਾ ਨਾਮ ਜਪਣ ਵਾਸਤੇ ਧੰਗ ਗੁਰੂ ਰਾਮਦਾਸ ਮਹਾਰਾਜ ਜੀ ਨੇ ਹੁਕਮ ਕੀਤੇ ਹਨ ਜਪ ਮੰਨ ਸਤਨਾਮ ਸਦਾ ਸਤਨਾਮ ਜਿਸ ਸਤਨਾਮ ਦਾ ਚੱਕਰ ਫੈਰਾਇਆ ਹੈ ਪੂਰੀ ਦੁਨੀਆ ਦੇ ਵਿੱਚ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਸਤਨਾਮ ਦਾ ਚੱਕਰ ਫੈਰਾਇਆ ਜੋ ਨਾਮ ਮੂਲ ਮੰਤਰ ਦੇ ਵਿੱਚ ਸਤਿਗੁਰੂ ਜੀ ਦਰਗਾਹ ਤੋਂ ਲੈ ਕੇ ਆਏ ਹਨ ਇੱਕ ਓੰਕਾਰ ਸਤਨਾਮ ਉਹ ਨਾਮ ਜਪਣ ਤੋਂ ਬਿਨਾ ਐ ਮਨਾ ਕਿਵੇਂ ਪਾਰ ਲੰਗੇਗਾ ਦੇ ਤਾਂ ਤੇਰੇ ਕੋਲ ਹਣੀ ਨਹੀਂ ਉਸ ਵੇਲੇ ਜਦੋਂ ਸਮੇਂ ਮੁੱਕ ਗਏ ਉਮਰਾਂ ਮੁੱਕ ਗਈਆਂ ਟਾਈਮ ਮੁੱਕ ਗਈਆਂ ਮੁੱਕ ਗਏ ਕੀ ਕਰੇਗਾ ਜੇ ਨਾਮ ਜਪਿਆ ਹੋਵੇਗਾ ਇਸ ਦੁਨੀਆ ਦੇ ਵਿੱਚ ਕਿਰਤ ਕਮਾਈ ਵੀ ਕਰ ਮਿਹਨਤ ਵੀ ਕਰ ਪਰਿਵਾਰ ਦੀ ਪਾਲਣਾ ਵੀ ਕਰ ਸਤਿਕਰਤਾਰ ਜੀ ਦਾ ਨਾਮ ਵੀ ਜਪ ਜੇ ਨਾਮ ਜਪਿਆ ਹੋਵੇਗਾ ਇਸ ਭਵ ਸਾਗਰ ਤੋਂ ਦੁਨੀਆ ਤੋਂ ਸਹਿਜੇ ਹੀ ਪਾਰ ਲੰਘ ਜਾਵੇਂਗਾ ਹਨ ਗੁਰੂ ਅਰਜਨ ਦੇ ਮਹਾਰਾਜ ਜੀ ਸੇਲ ਚਾਂਟਿੰਗ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਯੂ ਸ਼ਲ ਬੀ ਲਿਫਟਡ ਔਫ ਐਂਡ ਕੈਰੀਡ ਅਕਰੋਸ ਅਨਕ ਬਿਗਨ ਜਹ ਆਏ ਸੰਘਾਰੇ ਅਨਕ ਬਿਗਨ ਜਹ ਆਏ ਸੰਘਾਰੇ ਜਿੱਥੇ ਅਨੇਕਾਂ ਬਿਗਨ ਆ ਕੇ ਦਬ ਲੈਂਦੇ ਹਨ ਮੁਸੀਬਤਾਂ ਪੈ ਜਾਂਦੀਆਂ ਹਨ ਮਨ ਨੂੰ ਕਿਉਂ ਕੱਲਾ ਹੁੰਦਾ ਹੈ ਗੁਰਬਾਣੀ ਸਮਝਾ ਦਿੰਦੀ ਹੈ ਜੇ ਸੁਣੇ ਇਹ ਮਨ ਜਹਿਮਾਤ ਤੇ ਤਸੋ ਤੁਮੇ ਤਨਾ ਭਾਈ ਮਨ ਉਹ ਆ ਨਾਮ ਤੇ ਸੰਸਹਲ ਅਨਕ ਬਿਗਨ ਜਹ ਆਏ ਸੰਗਾਰੇ ਧੰਨ ਗੁਰੂ ਅਰਜਨ ਦੇ ਮਹਾਰਾਜ ਐਕਸਪਲੇਨਸ ਇਨ ਦਾ ਗੁਰਬਾਣੀ ਵੇਅਰ ਕਾਉਂਟਲੈਸ ਮਿਸਫੋਰਚਨ ਥ੍ਰੈਟਨ ਟੂ ਡਿਸਟਰੋਏ ਯੂ ਓ ਮਾਈ ਮਾਈਂਡ ਹਰ ਕਾ ਨਾਮ ਤਤਕਾਲ ਉਧਾਰ ਹੈ ਹਰ ਕਾ ਨਾਮ ਤਤਕਾਲ ਉਧਾਰ ਹੈ ਹਰ ਕਾ ਨਾਮ ਤਤਕਾਲ ਉਧਾਰ ਹੈ ਜੇ ਤੂੰ ਜਪਿਆ ਹੋਵੇਗਾ ਵਾਹਿਗੁਰੂ ਜੀ ਦਾ ਨਾਮ ਹਰ ਹਰ ਤੇਰਾ ਨਾਮ ਹੈ ਦੁੱਖ ਮਿਟਨ ਹਾਰਾ ਸਤ ਨਾਮ ਸ੍ਰੀ ਵਾਹਿਗੁਰੂ ਸਤ ਨਾਮ ਸ੍ਰੀ ਵਾਹਿਗੁਰੂ ਇਸ ਰਸਨਾ ਦੇ ਨਾਲ ਟੰਗ ਦੇ ਨਾਲ ਜੀਭਾ ਦੇ ਨਾਲ ਬੋਲਿਓ ਬੇਗਾ ਇਹ ਵਾਹਿਗੁਰੂ ਜੀ ਦਾ ਨਾਮ ਤਨੂ ਬਚਾ ਲਵੇਗਾ ਜਿਵੇਂ ਅਜਾਮਲ ਜੀ ਨੂੰ ਜਮਦੂਤਾਂ ਤੋਂ ਬਚਾ ਲਿਆ ਇੱਕ ਵਾਰੀ ਨਾਰਾਇਣ ਕੇ ਆ ਜਮਦੂਤ ਚਲੇ ਗਏ ਅਜਾਮਲ ਜੀ ਭੱਜ ਗਏ ਅਜਾਮਲ ਉਧਰੇ ਕਹੇ ਇੱਕ ਵਾਰ ਵਾਹਿਗੁਰੂ ਵਾਹਿਗੁਰੂ the name of the god are called purakh vaheguru ji shall rescue you in an instant anek jon janma mare jaan vaheguru kripa karo ਅਨਕ ਜੋਨ ਜਨਮੈ ਮਰ ਜਾਮ ਜੰਮਦਾ ਹੈ ਮਰਦਾ ਹੈ ਕਈਆਂ ਜੁਨਾਂ ਵਿੱਚ ਇਹ ਮਨ ਭੱਜਾ ਫਿਰਦਾ ਹੈ ਆਪਣੇ ਕੀਤੇ ਕਰਮਾਂ ਦਾ ਫਲ ਪਾਉਂਦਾ ਹੈ ਕਦੀ ਕਿਸੇ ਜਨਮ ਵਿੱਚ ਜੋ ਜੋ ਇੱਛਾ ਮਨ ਵਿੱਚ ਕਰਦਾ ਰਿਹਾ ਹੈ ਉਹ ਇੱਛਾ ਪੂਰਨ ਹੋ ਜਾਂਦੀ ਹੈ ਮੋੜ-ਮੋੜ ਕੇ ਉਹਨਾਂ ਜੁਨਾਂ ਵਿੱਚ ਜੰਮਣਾ ਮਰਨਾ ਪੈਂਦਾ ਹੈ ਜਿਹੜੇ ਨਾਮ ਜਪਦੇ ਹਨ ਉਹ ਜੰਮਣ ਮਰਣ ਬਰਨ ਨੂੰ ਪਾਜ ਜਾਂਦੇ ਹਨ ਜੰਮਣ ਮਰਨ ਨਾ ਤਿੰਨ ਕੋ ਜੋ ਹਰ ਲੜ ਲੱਗੇ ਜਿਹੜੇ ਲੜ ਲੱਗ ਜਾਂਦੇ ਹਨ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਸਾਹਿਬ ਦਸਮੇਸ਼ ਪਿਤਾ ਸਤਗੁਰਾਂ ਦੇ ਹੁਕਮ ਨੂੰ ਮੰਨਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਨੂੰ ਮੰਨਦੇ ਹਨ ਉਹਨਾਂ ਦਾ ਜੰਮਣਾ ਮਰਨਾ ਮੁੱਕ ਜਾਂਦਾ ਹੈ ਨਹੀਂ ਤੇ ਆਨੇਕਾਂ ਜੋਨਾ ਵਿੱਚ ਬੰਦਾ ਜੰਮਦਾ ਹੈ ਮਰਦਾ ਹੈ ਇਹ ਮੰਨੋ ਸਤਿਗੁਰੂ ਜੀ ਸੇਸ ਥਰੂ ਕਾਉਂਟਪਲੇਸ ਇਨਕਾਰਨੇਸ਼ਨਸ ਪੀਪਲ ਆਰ ਬੌਰਨ ਐਂਡ ਡਾਈ ਨਾਮ ਜਪਤ ਪਾਵੈ ਬਿਸਰਾਮ ਨਾਮ ਜਪਤ ਪਾਵੈ ਬਿਸਰਾਮ ਜੀ ਨਾਮ ਜਪਿਆ ਹੋਵੇ ਤੇ ਮਨ ਟਿਕ ਜਾਂਦਾ ਹੈ ਆਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਇਹ ਕਿਹਾ ਜਾਂਦਾ ਹੈ ਬਿਸਰਾਮ ਮਿਲ ਜਾਂਦਾ ਹੈ ਆਰਾਮ ਮਿਲ ਜਾਂਦਾ ਹੈ ਇਸ ਮਨ ਨੂੰ ਦੁਨੀਆ ਵਿੱਚ ਕਿੱਥੇ ਇਹਨੂੰ ਆਰਾਮ ਮਿਲਦਾ ਹੈ ਨਾ ਚੈਨ ਮਿਲਦਾ ਹੈ ਪ੍ਰਾਪਤੀ ਦਿਨੇ ਪਟਕਦਾ ਰਹਿੰਦਾ ਹੈ ਨਾ ਰਾਤੀ ਚੈਨ ਨਾ ਤੈਨੂੰ ਚੈਨ ਦੇ ਕਿਤੇ ਮਾਪੁਰਖਾਂ ਦੀ ਸੰਗਤ ਹੋ ਜਾਵੇ ਧੰ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਪਾਵਨ ਗੁਰਬਾਣੀ ਦੀ ਸੰਗਤ ਹੋ ਜਾਵੇ ਕਲਗੀਆਂ ਵਾਲੇ ਬਾਜਾਂ ਵਾਲੇ ਸਤਿਗੁਰਾਂ ਦੇ ਹੁਕਮ ਚਿੱਤ ਵਿੱਚ ਵਸ ਜਾਣ ਨਾਮ ਜਪਣ ਲੱਗ ਪਵੇ ਪ੍ਰਭ ਜੀ ਕੋ ਨਾਮ ਜਪਤ ਮਨ ਚੈਨ ਫਿਰ ਕਿਤੇ ਮਨ ਨੂੰ ਚੈਨ ਆਉਂਦੀ ਹੈ ਠੰਡ ਪਹਿ ਜਾਂਦੀ ਹੈ ਰੁਕ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਵਿਸਰਾਮ ਪਾ ਲੈਂਦਾ ਹੈ ਆਰਾਮ ਆ ਜਾਂਦਾ ਹੈ ਇਸ ਮਨ ਨੂੰ ਜਦੋਂ ਨਾਮ ਜਪਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਚਾਂਟਿੰਗ ਦਾ ਨੇਮ ਆਫ ਦਾ ਗੋਡ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਮਹਾਰਾਜ ਜੀ ਸੇਜ਼ ਯੂ ਸ਼ਲ ਕਮ ਟੂ ਰੈਸਟ ਇਨ ਪੀਸ ਹਾਂ ਮੈਂ ਲਾ ਮਲ ਕਬ ਹੂੰ ਨਾ ਧੋਵੇ ਹਾਂ ਮੈਂ ਲਾ ਮਲ ਕਬ ਹੂੰ ਨਾ ਧੋਵੇ हाउ मै लामल मल कब हूं नोवे तो हां हौेल हौ मैं 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 कर जिंदगी नंग दी जा रही है हां मै ला वाहू ਮਨ ਹਉਮੈ ਦੇ ਨਾਲ ਹੰਕਾਰ ਦੇ ਨਾਲ ਮੈਲਾ ਹੋਇਆ ਪਿਆ ਹੈ ਮਨ ਮੈਲੇ ਸਭ ਕੁਝ ਮੈਲਾ ਗੁਰੂ ਮਹਾਰਾਜ ਜੀ ਸੇਜ਼ ਇਫ ਯੂਅਰ ਮਾਈਂਡ ਇਜ਼ ਫਿਲਥੀ ఎవਰੀਥਿੰਗ ਇਜ਼ ਫਿਲਥੀ ਇਫ ਯੂਅਰ ਮਾਈਂਡ ਇਜ਼ ਕਲੀਨ ఎవਰੀਥਿੰਗ ਇਜ਼ ਕਲੀਨ ਹਉ ਮੈਲਾ ਏ ਮਨ ਆਪਣੇ ਆਪ ਨੂੰ ਕਦੀ ਧੁੰਦਾ ਹੀ ਨਹੀਂ ਸ਼ਬਦ ਦੇ ਨਾਲ ਗੁਰਬਾਣੀ ਦੇ ਨਾਲ ਜੁੜਦਾ ਹੀ ਨਹੀਂ ਸਤਿਗੁਰਾਂ ਨੇ ਹੁਕਮ ਕੀਤੇ ਸਨ ਮਨ ਤੋ ਵੋਹ ਸ਼ਬਦ ਲਾਗੋ ਹੋ ਹਰਸਿਓ ਰਹੋ ਚਿਤ ਲਾਏ ਵਾਹਿਗੁਰੂ ਨਾਲ ਦਿੱਤ ਜੋੜ ਕੇ ਰੱਖੋ ਮਨ ਨੂੰ ਸ਼ਬਦ ਦੇ ਨਾਲ ਤੋ ਵੋ ਪਰ ਇਸ ਮਨ ਨੇ ਦੇਨ ਨੂੰ ਤਾਂ ਤੋਤਾ ਪਰਮਾਨੂ ਨੂੰ ਨਹੀਂ ਤੋਤਾ ਦੇਹੀ ਧੋਏ ਨਾ ਉਤਰ ਸਮੈਲ ਕਾਮ ਕਰੋਧ ਹਉਮੈ ਵਿਖਫੈਲ ਕਾਮ ਤੇ ਕਰੋਧ ਹਉਮੈ ਦੀ ਗੰਦਗੀ ਇੰਨੀ ਫੈਲੀ ਹੋਈ ਹੈ ਬਾਹਰੋਂ ਤੋਣ ਨਾਲ ਕੀ ਬਣਦਾ ਹੈ ਦੇਹੀ ਧੋਏ ਨਾ ਉਤਰ ਸਮੈਲ ਕਾਮ ਕ੍ਰੋਧ ਹਮ ਮੈਂ ਬਿਕਫੈਲ ਹਮ ਮੇਨ ਪਲੀਤ ਹੋਇਆ ਪਿਆ ਹੈ ਸਤਗੁਰੂ ਜੀ ਫਰਮਾਉਂਦੇ ਹਨ ਦਾ ਈਗੋ ਇਜ਼ ਬਲੂਟਡ ਬਾਈ ਅ ਫਿਲਥ ਵਿਚ ਕੈਨ ਨੈਵਰ ਬੀ واਸ਼ਡ ਆਉਟ ਹਰ ਕਾ ਨਾਮ ਕੋਟ ਪਾਪ ਖੋਵੈ ਹਰ ਕਾ ਨਾਮ ਵਾਹਿਗੁਰੂ 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 ਹਰ ਕਾ ਨਾਮ ਕੋਟ ਪਾਪ ਖੋਵੈ ਵਾਇ ਗੁਰੂ ਜੀ ਦਾ ਨਾਮ ਕਰੋੜਾਂ ਪਾਪਾਂ ਨੂੰ ਖਤਮ ਕਰ ਦਿੰਦਾ ਹੈ ਜਿਵੇਂ ਨਿੱਕੀ ਜਿਹੀ ਅੱਗ ਦੀ ਮਾਚਸ ਦੀ ਟੀਲੀ ਨਾਲ ਸਭ ਕੁਝ ਅੱਗ ਲੱਗ ਜਾਣ ਤੇ ਪਸਮ ਹੋ ਜਾਂਦਾ ਹੈ ਜਿੰਨੇ ਵੀ ਪਾਪ ਹਨ ਨਾਮ ਜਪਣ ਦੇ ਨਾਲ ਪਸਮ ਹੋ ਜਾਂਦੇ ਹਨ ਖਤਮ ਹੋ ਜਾਂਦੇ ਹਨ ਖੋਏ ਜਾਂਦੇ ਹਨ ਦੂਰ ਹੋ ਜਾਂਦੇ ਹਨ ਪਾਪ ਨਸ ਜਾਂਦੇ ਹਨ ਕਰੋੜਾਂ ਪਾਪ ਕੋਟ ਕਰੋੜਾਂ ਪਾਪ ਕਰੋੜਾਂ ਬਣ ਜਾਂਦੇ ਨੇ ਖਬਰੇ ਕਿਹੜੇ ਕਿਹੜੇ ਜਨਮ ਚ ਕਿਹੜੇ ਕਿਹੜੇ ਕਰਮ ਕਰਕੇ ਆਏ ਹਾਂ ਉਹ ਸਾਰੇ ਇਕੱਠੇ ਕਰਕੇ ਕਰੋੜਾਂ ਬਣ ਜਾਂਦੇ ਹਨ ਹਰ ਕਾ ਨਾਮ ਕੋਟ ਪਾਪ ਖੋਵੇ ਜਦੋਂ পাপ ਕਰਦਾ ਹੈ ਉਦੋਂ ਖਾਂਦੇ ਸਾਰੇ ਨੇ ਬੰਦੇ ਸਾਰੇ ਨੇ ਜਦੋਂ ਦੇ ਤੇ ਮਨ ਵੱਖਰਾ ਹੋ ਜਾਂਦਾ ਹੈ ਦਿਨ ਪੂਰੇ ਹੋ ਜਾਂਦੇ ਹਨ ਟਾਈਮ ਮੁੱਕ ਜਾਂਦਾ ਹੈ ਜ਼ਿੰਦਗੀ ਦਾ ਬੈਂਦ ਦਾ ਡੇਜ਼ ਆਫ ਲਾਈਫ ਆਵਰ ਦੈਨ ਦਾ ਬੋਡੀ ਐਂਡ ਸੋਲ ਆਰ ਸੈਪਰੇਟਡ ਜਦੋਂ ਇਹ ਸੈਪਰੇਟ ਹੋ ਜਾਂਦੇ ਹਨ ਵੱਖਰੇ ਵੱਖਰੇ ਹੋ ਜਾਂਦੇ ਹਨ ਉਦੋਂ ਇਸ ਮਨ ਦਾ ਕੋਈ ਵਾਲੀ ਵਾਰਸ ਨਹੀਂ ਪਾਪਾਂ ਦਾ ਫਲ ਆਪ ਕਮਾਉਣਾ ਕਮਾਇਆ ਹੋਇਆ ਭੋਗਣਾ ਪੈਂਦਾ ਹੈ ਸਤਿਗੁਰਾਂ ਨੇ ਸਮਝਾਇਆ ਵੀ ਬੜਾ ਸੇ ਪਾਪ ਕਮਾਉਂਦੇ ਆਂ ਤੇਰਾ ਕੋਈ ਨਾ ਬੇਲੀ ਰਾਮ ਕਿਸੇ ਨੇ ਤੇਰਾ ਬੇਲੀ ਨਹੀਂ ਬਣਨਾ ਐਮਨਤ ਐਨੂੰ ਆਪ ਹੀ ਸਾਰੇ ਜੋ ਜੋ ਬੀਜ ਬੀਜੇ ਹਨ ਪਾਪਾਂ ਦੇ ਸਾਰੇ ਤੇਰੇ ਸਾਹਮਣੇ ਆ ਜਾਣੇ ਹਨ ਹੌਲੀ ਹੌਲੀ ਨਾ ਪਾਪ ਕਰਿਆ ਕਰ ਨਾ ਪਾਪ ਕਰਿਆ ਕਰ ਇਹ ਪੈਸਾ ਪਾਪਾਂ ਪਿੰਨਾਂ ਨਹੀਂ ਇਕੱਠਾ ਹੁੰਦਾ ਪਾਪਾਂ ਬਾਝੋਂ ਹੋਵੇ ਨਹੀਂ ਤੇ ਜਦੋਂ ਜਿੰਦ ਨਿਕਲਦੀ ਹੈ ਮੋਇਆਂ ਸਾਥ ਨਾ ਜਾਏ ਪਾਪ ਨਾ ਕਰਿਆ ਕਰ ਧੰ ਗੁਰੂ ਅਰਜਨ ਦੇ ਮਹਾਰਾਜ ਐਕਸਪਲੇਨ ਜਿੰਦਾ ਗੁਰਬਾਣੀ ਦਾ ਨੇਮ ਆਫ ਦਾ ਗੋਡ ਸਤਨਾਮ ਸ੍ਰੀ ਵਾਹਿਗੁਰੂ ਇਰੇਜਸ ਮਿਲੀਅਨਸ ਆਫ ਸਿਨਸ ਐਸਾ ਨਾਮ ਜਪੋ ਮਨ ਰੰਗ ਅਕਾਲ ਪੁਰਖ ਜੀ ਦਾ ਨਾਮ ਮਨ ਨੂੰ ਰੰਗ ਦਿੰਦਾ ਹੈ ਉਸ ਅਕਾਲ ਪੁਰਖ ਜੀ ਦੇ ਨਾਮ ਦੇ ਨਾਲ ਜੇ ਦੇ ਨਾਲ ਮਨ ਰੰਗਿਆ ਜਾਵੇ ਉਹ ਨਾਮ ਜਪਿਆ ਕਰ ਸਤਨਾਮ ਸ੍ਰੀ ਵਾਹਿਗੁਰੂ ਇਹ ਮਨ ਵੀ ਠੰਡਾ ਹੋ ਜਾਵੇਗਾ ਸ਼ਾਂਤ ਹੋ ਜਾਵੇਗਾ ਜਿਹੜਾ ਜਲ ਦਾ ਬਲੰਦਾ ਰਹਿੰਦਾ ਹੈ ਮੈਡੀਟੇਟ ਓਨ ਸੇਮਰਨ ਕਰਿਆ ਕਰ ਦ ਕੋਲ ਵਾਟਰ ਆਫ ਗੋਡਸ ਨੇਮ ਵਾਹਿਗੁਰੂ ਜੀ ਜਿਸ ਨੇ ਕੋਈ ਕੀ ਦੇਨੀ ਠੰਡੀ ਸ਼ਾਂਤੀ ਦੇਣ ਵਾਲੀ ਨਹੀਂ ਜਿਨਾਕਾਲ ਪੁਰਖ ਜੀ ਦਾ ਨਾਮ ਸ਼ਾਂਤੀ ਦੇਣ ਵਾਲਾ ਹੈ ਮਨ ਨੂੰ ਠੰਡ ਪਾਉਣ ਵਾਲਾ ਹੈ ਹਰ ਹਰ ਨਾਮ ਸੀਤਲ ਜਲ ਤੇ ਆਵੋ ਇਹ ਸੀਤਲ ਜਲ ਹੈ ਜਿਹੜਾ ਕਹਿਣਾ ਹੈ ਸਤਨਾਮ ਸ੍ਰੀ ਵਾਹਿਗੁਰੂ ਦ ਕੋਲ ਵਾਟਰ ਵਾਹਿਗੁਰੂ ਜੀ ਜਨੇਮ ਐਸਾ ਨਾਮ ਜਪੋ ਮਨ ਰੰਗ ਐ ਮਨਾਂ ਇਦੰਦ ਦਾ ਨਾਮ ਜਪਿਆ ਕਰ ਆਪਣੇ ਹਿਰਦੇ ਤੋਂ ਪਿਆਰ ਨਾਲ ਚਾਂਟ ਸੱਚ ਇਹਨੇ ਵਿਦ ਲਵ ਉਹ మహిਮਾਂ ਨਾਨਕ ਪਾਈਐ ਸਾਧ ਕੈ ਸੰਗ ਨਾਨਕ ਪਾਈਐ ਸਾਧ ਕੈ ਸੰਗ ਨਾਨਕ ਪਾਈਐ ਸਾਧ ਕੈ ਸੰਗ ਗੁਰਮੁਖਾਂ ਦੀ ਸੰਗਤ ਵਿੱਚ ਸਤਿਗੁਰੂ ਜੀ ਵੱਲ ਧਿਆਨ ਧਰ ਕੇ ਆਪਣਾ ਮੁਖੜਾ ਜਦੋਂ ਗੁਰੂ ਘਰ ਜਾਵੇਂ ਗੁਰਦੁਆਰਾ ਸਾਹਿਬ ਜਾਵੇਂ ਤੇਰਾ ਮੁਖੜਾ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਵੱਲ ਹੋਣਾ ਚਾਹੀਦਾ ਹੈ ਫੇਸ ਯੂਅਰ self ਟੁਵਰਡਸ ਤਨ 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 ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਫੇਸ ਯੂਅਰ self ਉਹ ਆਰਸ ਧੰ 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 ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇਰਾ ਮੁਖੜਾ ਆਪਣੇ ਗੁਰੂ ਵੱਲ ਹੋਵੇ ਤਾਂ ਤੋ ਗੁਰਮੁਖ ਬਣੇਗਾ ਤਾਂ ਤੈਨੂੰ ਸੰਗਤਾਂ ਕਹਿਣਗੀਆਂ ਗੁਰਮੁਖ ਇਹ ਤਾਂ ਗੁਰੂ ਵੱਲ ਹੀ ਜੁੜਿਆ ਰਹਿੰਦਾ ਹੈ ਨਾ ਨਿਕ ਪਾਈ ਐ ਸਾਧ ਕੈ ਸੰਗ ਸਾਧ ਸੰਗਤ ਕੀਤੇ ਆ ਸਤਿਗੁਰੂ ਜੀ ਦੀ ਸੰਗਤ ਕੀਤੇ ਆ ਗੁਰੂ ਘਰ ਵਿੱਚ ਹਾਜ਼ਰੀਆਂ ਭਰਿਆ ਗੁਰੂ ਦੇ ਦਰਸ਼ਨ ਕੀਤੇ ਆ ਮੁਖੜਾ ਗੁਰੂ ਵੱਲ ਕੀਤੇ ਆ ਜਿੱਥੋਂ ਸਾਹ ਆਉਂਦੇ ਹਨ ਗੁਰਮੁਖ ਨਾਮ ਜਪਿਆ ਸਵਾਸਾਂ ਦੇ ਨਾਲ ਤਾਂ ਕਿਤੇ ਜਾ ਕੇ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਤਾਂ ਨਾਮ ਦੀ ਪ੍ਰਾਪਤੀ ਹੁੰਦੀ ਹੈ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਨਕ ਪਾਈਐ ਸਾਧ ਕੈ ਸੰਗ ਇਹ ਮਨ ਸਾਧ ਸੰਗਤ ਤੋਂ ਦੂਰ ਹੋ ਗਿਆ ਹੈ ਬੜੀ ਦੂਰ ਚਲਾ ਗਿਆ ਹੈ ਜਿਸ ਕਰਕੇ ਮਨ ਦੁਖੀ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਵਾਹਿਗੁਰੂ ਜੀ ਦਾ ਨਾਮ ਜਿਹਦੇ ਨਾਲ ਮਨ ਰੰਗਿਆ ਜਾਂਦਾ ਹੈ ਉਹ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਗੁਰਦੁਆਰਾ ਸਾਹ ਬਜਾ ਕੇ ਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਕੇ ਤਾਂ ਇਹਨੂੰ ਸੋਝੀ ਹੁੰਦੀ ਹੈ ਕਿ ਮੈਂ ਰੰਗਿਆ ਜਾਵਾਂ ਗੁਰਦੁਆਰੇ ਹੋਏ ਸੋਝੀ ਪਾਈ ਸੀ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਸ ਇਟ ਇਜ਼ ਅਬਟੇਨਡ ਇਨ ਦਾ ਕੰਪਨੀ ਆਫ ਦਾ ਹੋਲੀ ਇਨ ਦਾ ਸਾਧ ਸੰਗਤ ਇਹ ਹੈ ਮਾਰਗ ਕੇ ਗਨ ਜਾਹੇ ਨਾ ਕੋ ਸਾ ਦਦੋਂ ਵਿੱਚ ਛੋੜੇ ਪਹਿਣਗੇ ਦੇਹ ਦੇ ਤੇ ਮਨ ਦੇ ਸਫਰ ਬੜਾ ਲੰਮਾ ਹੈ ਜਦੋਂ ਮਨ ਕੱਲਾ ਤੁਰੇਗਾ ਦੇਹ ਨੂੰ ਬਾਡੀ ਨੂੰ ਸਰੀਰ ਨੂੰ ਛੱਡ ਕੇ ਤੇ ਕੱਲੇ ਨੂੰ ਉਹ ਖਲਬ ਦੇਗੇ ਰਾਹ ਵਿੱਚ ਜਿਵੇਂ ਦੁਨੀਆ ਸਫਰ ਬੜੇ ਲੰਮੇ ਲੰਮੇ ਕਰਦੀ ਏ ਤੇ ਨਾਲ ਰੋਟੀ ਪਾਣੀ ਭੋਜਨ ਰੱਖ ਲੈਂਦੀ ਹੈ ਐ ਮਨਾ ਜੇ ਤੂੰ ਜਪਿਆ ਹੋਵੇਗਾ ਸਤਨਾਮ ਸ੍ਰੀ ਵਾਹਿਗੁਰੂ ਤਾਂ ਵਾਹਿਗੁਰੂ ਜੀ ਦੇ ਨਾਮ ਦਾ ਹਰ ਕਾ ਨਾਮ ਉਹ ਸੰਗ ਤੋਂ ਸਾਮ ਉਹ ਭੋਜਨ ਉਹ ਪ੍ਰਸ਼ਾਦਾ ਉਹ ਫੂਡ ਤੇਰੇ ਨਾਲ ਹੋਵੇਗਾ ਧੇਰ the name of the god shall be your sustenance food bhojan prashada jeh pehda maha andh gubara satguru ji farmaunde han os raah vich ai mana de ta tere naal hovegi ni tu kalla hovega bada kor andhkar andhera hovega os raah vich bina simran to ਕੀ ਕਰੇਗਾ on that journey of the of total pitch black darkness ਜੇ ਤੂੰ ਸਿਮਰਨ ਕੀਤਾ ਹੋਵੇਗਾ ਵਾਹਿਗੁਰੂ ਵਾਹਿਗੁਰੂ ਜਪਿਆ ਹੋਵੇਗਾ ਤੈਨੂੰ ਚਾਨਣ ਆ ਮਿਲ ਜਾਵੇਗਾ ਜੇ ਤੂੰ ਗੁਰਬਾਣੀ ਪੜ੍ਹੀ ਹੋਵੇਗੀ ਗੁਰਬਾਣੀ ਚਾਨਣ ਰੂਪ ਹੈ ਹਰ ਕਾ ਨਾਮ ਸੰਗ ਉਜਿਆਰਾ ધ ਨੇ ਮੋਫਤ ਗੋਡ ਸਤਨਾਮ ਸ੍ਰੀ ਵਾਹਿਗੁਰੂ ਅਲਮਾਈਟੀ ਗੋਡ ਗੋਡ ਇਜ਼ ਵਨ ਇਕ ਓੰਕਾਰ ਜੀ ਦ ਨੇ ਮੋਫਤ ਅਲਮਾਈਟੀ ਗੋਡ ਵਾਹਿਗੁਰੂ ਜੀ ਸ਼ੈਲ ਬੀ ਦਾ ਲਾਈਟ ਵਿਦ 유 ਜਾਹਾਂ ਪੰਥ ਤੇਰਾ ਕੋ ਨਾ ਸੰਜਾਨੂ ਅਟੇ ਨ ਰੌਣਕਾਂ ਦੇ ਵਿੱਚ ਤੂੰ ਰਹਿਣਾ ਏ ਰੌਣਕਾਂ ਤੇ ਉਥੇ ਹੋਣੀਆਂ ਨੇ ਕੱਲਾ ਤੈਨੂੰ ਲੈ ਕੇ ਜਾਣਗੇ ਇੱਥੇ ਤਾਂ ਤੇਰੀ ਸੰਜਾਨ ਵਾਲੇ ਪਹਿਚਾਨ ਵਾਲੇ ਪਤਾ ਨਹੀਂ ਕਿੰਨੇ ਕਹਨ ਉਥੇ ਰਾਹ ਵਿੱਚ ਤੇਰੇ ਨਾਲ ਕੋਈ ਵੀ ਜਾਣ ਪਛਾਣ ਵਾਲਾ ਨਹੀਂ ਹੋਵੇਗਾ ਮਨਾ ਜਦੋਂ ਤੇਰੀ ਬਾਡੀ ਇੱਥੇ ਰਹਿ ਗਈ ਤੂੰ ਕੱਲਾ ਗਿਆ। ਜਹਾਂ ਪੰਥ ਜਿਹੜੇ ਰਾਹ ਤੇ ਤੈਨੂੰ ਇਕੱਲੇ ਨੂੰ ਜਾਣਾ ਪੈਣਾ ਹੈ ਤੇਰਾ ਉੱਥੇ ਕੋਈ ਸਿਨਾਨਣਣ ਵਾਲਾ ਪਹਿਚਾਨਣ ਵਾਲਾ ਨਹੀਂ ਹੋਵੇਗਾ ਔਨ ਦੈਟ ਜਰਨੀ ਵੇਅਰ ਨੋ ਵਨ ਨੋਸ ਯੂ। ਗੇਤੋ ਦੁਨੀਆ ਦੇ ਵਿੱਚ ਨਾਮ ਜਪਿਆ ਹੋਵੇਗਾ ਚੰਗੇ ਕਰਮ ਕੀਤੇ ਹੋਣਗੇ ਗੁਰੂ ਦਾ ਹੁਕਮ ਮੰਨਿਆ ਹੋਵੇਗਾ। ਹਰ ਕਾ ਨਾਮ ਤਹਿ ਨਾਲ ਪਛਾਨੂ ਵਿਦ ਦਾ ਨੇਮ ਆਫ ਦਾ ਗੋਡ ਸਤਨਾਮ ਸ੍ਰੀ ਵਾਹਿਗੁਰੂ ਜੀ ਯੂ ਸ਼ਲ ਬੀ ਰਿਕੋਨਾਈਜ਼ਡ ਦਹ ਮਹਾ ਭਯਾਨ ਤਪਤ ਬਹੋ ਕਾਮ ਉਹ ਜਿਹੜਾ ਸਫ਼ਰ ਹੈ ਮਾਨਾ ਤੇਰੇ ਕੱਲੇ ਵਾਸਤੇ ਕਈ ਵਾਰੀ ਬੜੀ ਭਿਆਨਕ ਤਪਸ਼ ਪੈਂਦੀ ਹੈ ਗਰਮੀ ਪੈਂਦੀ ਹੈ ਵੇਅਰ देयर ਇਜ਼ ਆਉਸਮ ਐਂਡ ਟੈਰੇਬਲ ਹੀਟ ਐਂਡ ਬਲੇਜ਼ਿੰਗ ਸਨਸ਼ਾਈਨ ਤਹ ਹਰ ਕੇ ਨਾਮ ਕੀ ਤੁਮ ਉਪਰ ਛਾਂ ਐ ਬਣਾ ਉਸ ਵੇਲੇ ਆਕਾਲ ਪੁਰਖ ਵਾਹਿਗੁਰੂ ਜੀ ਦੀ ਨਾਮ ਦੀ ਵਾਹਿਗੁਰੂ ਜੀ ਦੇ ਸਿਮਰਨ ਦੀ ਨਾਮ ਦੀ ਛਾਂ ਤੇਰੇ ਉੱਤੇ ਹੋ ਜਾਵੇਗੀ। देयर द ਨੇਮ ਆਫ ਦਾ ਗੋਡ ਵਿਲ ਗਿਵ ਯੂ ਸ਼ੇਡ। ਜਹਾ ਤ੍ਰੇਖਾ ਮੰਨ ਤੋਝਿਆ ਕਰਖੈ ਜਿੱਥੇ ਪਿਆਸ ਲੱਗੇਗੀ। ਜਦੋਂ ਪਿਆਸ ਤੈਨੂੰ ਖਿੱਚ ਪਾਵੇਗੀ। ਕੀ ਕਰੇਗਾ ਜੇ ਤੂੰ ਨਾਮ ਜਪਿਆ ਹੋਵੇਗਾ ਵਾਹਿਗੁਰੂ ਦੇ ਨਾਮ ਦੀ ਅੰਮ੍ਰਿਤ ਰੂਪੀ ਵਰਖਾ ਤੇਰੇ ਉੱਤੇ ਆ ਪਵੇਗੀ ਤੇਰਾ ਮਨ ਤ੍ਰਿਪਤ ਹੋ ਜਾਵੇਗਾ ਤੇਰੀ ਪਿਆਸ बुझ ਜਾਵੇਗੀ ਵੇਰ ਥਸਟ oh my mind quantum torments you took out ਵਾਹਿਗੁਰੂ ਦੇ ਨਾਮ ਦੀ ਵਰਖਾ ਅੰਮ੍ਰਿਤ ਰੂਪੀ ਬੂੰਦ ਤੇਰੇ ਮੂੰਹ ਚ ਪੈ ਜਾਵੇਗੀ ਉਹ ਸ਼ਾਂਤ ਹੋ ਜਾਵੇਂਗਾ ਤੇਰੀ ਪਿਆਸ बुझ ਜਾਵੇਗੀ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ ਦੇਰ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸੇ ਦਾ ਐمبرੋਸ਼ੀਅਲ ਨੇਮ ਹਰ ਹਰ ਵਾਹਿਗੁਰੂ ਵਾਹਿਗੁਰੂ ਸ਼ੈਲ ਰੇਨ ਡਾਊਨ ਆਪ ਔਨ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਗੋ ਜੋਗਿਆ ਟਲ ਤਨ 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 ਸਾਹਿਬ ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਦਾ ਤਾਰਪਤ ਸਹ ਜੀ ਓ ਜਿਨਿ ਅਮੀ ਆਲ ਵਰਲਡ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਨ ਕਲਗੀਆਂ ਵਾਲੇ ਬਾਜਾਂ ਵਾਲੇ ਆਨੰਦpur ਸਾਹਿਬ ਜੀ ਦੇ ਵਾਸੀ ਜਿੱਥੇ-ਜਿੱਥੇ ਵੀ ਵਸ ਰਹੇ ਹਨ ਵਿਚ ਸੰਗਤ ਹਾਰ ਪ੍ਰਭ ਵਸੇ ਜੀਓ ਸਾਰੀਆਂ ਸੰਗਤਾਂ ਵਿੱਚ ਵਾਹਿਗੁਰੂ ਜੀ ਵਸਦੇ ਹਨ ਜੀਵੀਐਲ ਗੁਰਬਾਣੀ ਸੇਵਾ ਤੋਂ ਦਾਸਰਾ ਦਿਲਬਾਖ ਸਿੰਘ ਪਵਿੱਤਰ ਗੁਰਬਾਣੀ ਵਿੱਚੋਂ ਸੁਖਮਨੀ ਸਾਹਿਬ ਜੀ ਦੇ ਵਿੱਚੋਂ ਕੁਝ ਬਚਨ ਪੜ੍ਹ ਰਿਹਾ ਸੀ ਚੌਥੇ ਅੰਕ ਤੱਕ ਪਵਿੱਤਰ ਪਾਵਨ ਗੁਰਬਾਣੀ ਪੜ੍ਹੀ ਹੈ ਤੋਕਲਾ ਕੰਨਾ ਅੱਗੇ ਪਿੱਛੇ ਮੈਥੋਂ ਪੜਿਆ ਗਿਆ ਹੈ ਦਾਸਰਾ ਖਿਮਾ ਮੰਗਦਾ ਹੈ ਦਾਸ ਨੂੰ ਖਿਮਾ ਕਰ ਦੇਣ ਦੀ ਕਿਰਪਾਲਤਾ ਸਤਿਗੁਰੂ ਜੀ ਕਰ ਦੇਣੀ ਸਾਧ ਸੰਗਤ ਜੀ ਕਰ ਦੇਣੀ ਇਹ ਅੰਗਰੇਜ਼ੀ ਦੇ 26 ਅੱਖਰ ਇਹਦੇ ਵਿੱਚ ਇਹ ਵਾਵਲਸ ਹਨ ਪਵਿੱਤਰ ਪਾਵਨ ਗੁਰਬਾਣੀ ਦੇ ਸੈਂਟੈਂਸ ਪੜ੍ਹਦੇ ਆ ਗੁਰਬਾਣੀ ਪੜ੍ਹਦੇ ਆ ਇੱਥੇ ਵੀ ਕੋਈ ਅੱਖਰ ਅੱਗੇ ਪਿੱਛੇ ਹੋ ਗਿਆ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਦਾ ਸੁਮੁਖੇ ਖਿਮਾ ਕਰ ਦੇਣ ਦੀ ਕਿਰਪਾਲਤਾ ਕਰਨੀ ਭੁੱਲਾਂ ਮੇਰੀਆਂ ਖਿਮਾ ਕਰ ਦਿਓ ਥਿਮਾ ਮੇਰੀ ਝੋਲੀ ਵਿੱਚ ਪਾ ਦਿਓ ਦਾਸ ਦੀ ਮਦਦ ਟੰਗ ਜੜੀ ਹੈ ਗੁਰਮੁਖੀ ਹੈ ਹੋ ਸਕਦਾ ਹੈ ਕਈ ਸੈਂਟੈਂਸ ਸੁਧ ਨਹੀਂ ਪੜੇ ਜਾਂਦੇ ਆਪ ਹੀ ਜਾਣ ਲਿਆ ਕਰੋ ਸਤਿਗੁਰਾਂ ਦੇ ਤਨ ਗੁਰੂ ਅਰਜਨ ਦੇਵ ਜੀ ਦੇ ਕੀ ਹੁਕਮ ਹਨ ਤਹ ਨਾਨਕ ਹਰ ਹਰ ਅੰਮ੍ਰਿਤ ਵਰਖੇ ਕਾ ਹਨੂ ਗੁਰੂ ਨਾਨਕ ਦੇ ਮਹਾਰਾਜ ਜੀ ਸੇਤ ਅੰਬਰੋਜੀ ਲ ਨੇਮ ਸਤਨਾਮ ਸ੍ਰੀ ਵਾਹਿਗੁਰੂ ਹਰ 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 ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਸ਼ੈਲ ਰੇਨ ਡਾਊਨ ਅਪਨ ਯੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ